ਗਲੋਬਲ ਹਾਰਟ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ CPR ਦੀ ਪ੍ਰਕਿਰਿਆ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ CPR ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਕਿ ਇਸ ਦੀ ਕਦੋਂ ਅਤੇ ਕਿਉਂ ਜ਼ਰੂਰਤ ਪੈਂਦੀ ਹੈ। ਇਸ ਮੌਕੇ ਹਸਪਤਾਲ ਦੇ ਮੁੱਖ ਡਾਕਟਰ ਬ੍ਰਜੇਸ਼ ਕੁਮਾਰ ਬੰਧਨ ਅਤੇ ਚੀਫ ਡਾਕਟਰ ਭੁਪਿੰਦਰ ਸਿੰਘ ਸੌਂਗਰ ਨੇ ਦੱਸਿਆ ਕਿ ਅੰਕੜਿਆਂ ਅਨੁਸਾਰ 70 ਤੋਂ 80% ਹਾਰਟ ਅਟੈਕ ਘਰ ਜਾਂ ਪਬਲਿਕ ਥਾਵਾਂ 'ਤੇ ਹੁੰਦਾ ਹੈ। ਉਸ ਸਮੇਂ ਹਾਰਟ ਕੰਮ ਕਰਨਾ ਬੰਦ ਕਰ ਦਿੰਦਾ ਹੈ, ਖੂਨ ਦਾ ਸੰਚਾਲਨ ਬੰਦ ਹੋ ਜਾਂਦਾ ਹੈ, ਮਰੀਜ਼ ਕਰੀਬ 15 ਸੈਕਿੰਡ ਬੰਦ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਤੋਂ ਅਗਲੇ 30 ਤੋਂ 60 ਸੈਕਿੰਡਾਂ ਵਿੱਚ ਸਾਹ ਵੀ ਬੰਦ ਹੋ ਜਾਂਦਾ ਹੈ। ਇਹਨਾਂ ਹਾਲਾਤਾਂ ਵਿੱਚ CPR ਦੀ ਪ੍ਰਕਿਰਿਆ ਜੇਕਰ ਮਰੀਜ਼ ਨੂੰ ਦਿੱਤੀ ਜਾਵੇ ਤਾਂ ਮਰੀਜ਼ ਦੇ ਬਚਣ ਦੀ ਉਮੀਦ ਵੱਧ ਸਕਦੀ ਹੈ। ਇਸ ਦਾ ਡੈਮੋ ਵੀ ਇਸ ਵਰਕਸ਼ਾਪ ਵਿੱਚ ਕਰਕੇ ਦਿਖਾਇਆ ਗਿਆ। ਲੈਂਦੇ ਹਾਂ ਇਸ ਬਾਰੇ ਕੁਝ ਹੋਰ ਵਧੇਰੇ ਜਾਣਕਾਰੀ। ਫਰੈਂਡਸ ਕੋ ਸਭ ਕੋ ਹਮ ਥੋੜ੍ਹਾ CPR ਟੈਕਨੀਕ ਕੇ ਬਾਰੇ ਮੇਂ ਸਿਖਾਨਾ ਚਾਹਤਾ ਹੈ। CPR ਮਤਲਬ ਕਾਰਡੀਓ ਪਲਮੋਨਰੀ ਰਿਸਸਿਟੇਸ਼ਨ, ਜਿਸਸੇ ਕਿ ਹਮ ਕਿਸੀ ਵੀ ਬੇਹੋਸ਼ ਬੰਦੇ ਕੀ ਜਿਸਕੀ ਸਾਂਸ ਨਹੀਂ ਚੱਲ ਰਹੀ, ਦਿਲ ਬੰਦ ਹੈ, ਬਾਹਰ ਕਹੀਂ ਵੀ ਹਮੇ ਸੜਕ ਪੇ ਜਾਂ ਕਹੀਂ ਵੀ ਮਿਲਤਾ ਹੈ, ਉਸਕੋ ਹਮ ਬਚਾ ਸਕਤੇ ਹੈ। ਇਸਕੋ ਹਮਨੇ ਹਮ BLS ਔਰ ALS ਦੋ ਭਾਗੋਂ ਮੇਂ ਮਟਾ ਗਿਆ ਹੈ। ਆਜ ਹਮ ਬੇਸਿਕ ਲਾਈਫ ਸਪੋਰਟ ਡਿਸਕਸ ਕਰੇਂਗੇ, ਜਿਸਮੇਂ ਹਮੇ ਪੇਸ਼ੈਂਟ ਕੀ ਸਾਂਸ ਦੇਣੀ ਹੈ, ਉਸਕੋ ਦਿਲ ਕਾ ਕੰਪਰੈਸ਼ਨ ਦੇ ਕੇ ਹਾਰਟ ਚਲਾਉਣਾ ਹੈ ਔਰ ਡਿਫਿਬਲੇਟਰ ਸੇ AED ਸੇ ਸ਼ੌਕ ਦੇਣਾ ਹੈ। ਸਭਸੇ ਪਹਿਲੇ ਹਮ ਦੇਖਤੇ ਹੈ ਕਿ ਬੰਦਾ ਜੋ ਹੈ ਜੋ ਪੜਾ ਹੁਆ ਹੈ ਉਹ ਬੇਹੋਸ਼ ਹੈ ਕਿ ਹੋਸ਼ ਮੇਂ ਹੈ। ਉਸਕੇ ਲਈ ਹਮ ਬੋਲਤੇ ਹੈ ਕੋਈ ਉਸਕੋ ਹਮ ਟੈਪ ਕਰੇਂਗੇ ਸ਼ੋਲਡਰਸ ਕੋ, ਭਾਈ ਸਾਹਿਬ ਆਪ ਠੀਕ ਹੋ, ਆਰ ਯੂ ਓਕੇ। ਅਗਰ ਪੇਸ਼ੈਂਟ ਰਿਸਪੋਂਡ ਨਹੀਂ ਕਰ ਰਿਹਾ, ਇਟ ਮੀਨਸ ਪੇਸ਼ੈਂਟ ਇਜ਼ ਅਨਕੌਂਸ਼ੀਅਸ, ਇਸਕਾ ਮਤਲਬ ਉਹ ਕੌਂਸ਼ੀਅਸ ਨਹੀਂ ਹੈ। ਫਿਰ ਹਮ ਆਪ ਉਸਕੀ ਸਾਂਸ ਦੇਖੇਂਗੇ ਕਿ ਸਾਂਸ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈ, ਤੋ ਉਸਕੇ ਚੈਸਟ ਮੂਵਮੈਂਟਸ ਕੋ ਦੇਖੇਂਗੇ, ਚੈਸਟ ਹਿਲ ਰਹੀ ਹੈ ਕਿ ਨਹੀਂ ਹਿਲ ਰਹੀ ਹੈ। ਇਸ ਸਮੇਂ ਹਮੇਂ ਸਿਰਫ 10 ਸੈਕਿੰਡ ਖਰਚ ਕਰਨੇ ਹੈ। ਉਸਕੇ ਬਾਅਦ ਹਮੇਂ ਲੱਗਤਾ ਹੈ ਕਿ ਅਗਰ ਸਾਂਸ ਨਹੀਂ ਚੱਲ ਰਹੀ ਹੈ, ਪੇਸ਼ੈਂਟ ਅਨਕੌਂਸ਼ੀਅਸ ਹੈ, ਤੋ ਹਮੇਂ ਉਸਕੀ ਪਲਸ ਫੀਲ ਕਰਨੀ ਹੈ। ਕੈਰੋਟਿਡ ਆਰਟਰੀ ਜੋ ਗਰਦਨ ਕੀ ਯਹਾਂ ਪਰ ਡਾੜੀ ਹੋਤੀ ਹੈ, ਉਸਮੇਂ ਵੀ 10 ਸੈਕਿੰਡ ਲਗਾਨੇ ਹੈ। ਟੋਟਲ 20 ਸੈਕਿੰਡ ਮੇਂ ਹਮੇਂ ਇਹ ਦੇਖਨੇ ਕੇ ਬਾਅਦ ਕਿ ਬੰਦਾ ਬੇਹੋਸ਼ ਹੈ, ਉਸਕੀ ਸਾਂਸ ਨਹੀਂ ਚੱਲ ਰਹੀ ਹੈ, ਉਸਕੀ ਪਲਸ ਨਹੀਂ ਚੱਲ ਰਹੀ ਹੈ, ਹਮੇਂ ਸਿੱਧਾ ਉਸਕੇ ਚੈਸਟ ਕੰਪਰੈਸ਼ਨ ਸ਼ੁਰੂ ਕਰ ਦੇਣੇ ਹੈ ਔਰ 30 ਚੈਸਟ ਕੰਪਰੈਸ਼ਨ ਦੇਣੇ ਹੈ ਅੱਛੀ ਤਰ੍ਹਾਂ ਸੇ, ਜੈਸੇ ਕਿ ਸੈਂਟਰ ਆਫ ਦਾ ਚੈਸਟ ਮੇਂ ਹੱਥ ਰੱਖ ਕੇ ਉਹ ਕਰੀਬ 5 ਸੈਂਟੀਮੀਟਰ ਤੱਕ ਉਸਕੀ ਚੈਸਟ ਡਿਸਪਲੇਸ ਹੋਣੀ ਚਾਹੀਏ ਔਰ 30 ਸਾਂਸ ਕੇ ਬਾਅਦ ਹਮੇਂ ਦੋ ਸਾਂਸ ਦੇਣੀ ਹੈ ਔਰ ਸਾਥ ਮੇਂ ਹਮੇਂ ਕਿਸੀ ਕੋ ਬੋਲ ਦੇਣਾ ਹੈ ਕਿ ਭਈਆ ਡਿਫਿਬਿਲੇਟਰ ਆਸ ਪਾਸ AED ਹੋ ਜਾਂ ਮੈਡੀਕਲ ਹੈਲਪ ਹੋ ਤਾਂ ਉਸਕੋ ਬੁਲਾ ਲਓ। ਜੈਸੇ ਹੀ AED ਆ ਜਾਤਾ ਹੈ, ਮੈਡੀਕਲ ਹੈਲਪ ਆ ਜਾਤੀ ਹੈ, ਤੋ ਹਮ ਬੰਦੇ ਕੋ ਉਸਕੋ ਸ਼ੌਕ ਦੇਂਗੇ ਲਗਾ ਕੇ ਔਰ ਫਿਰ ਸੇ CPR ਕੰਟੀਨਿਊ ਕਰਤੇ ਰਹੇਂਗੇ ਜਬ ਤੱਕ ਕਿ ਬੰਦਾ ਠੀਕ ਨਹੀਂ ਹੋ ਜਾਤਾ ਜਾਂ ਮੈਡੀਕਲ ਹੈਲਪ ਹਸਪਤਾਲ ਸੇ ਨਹੀਂ ਆ ਜਾਤੀ। ਇੱਕ ਵਾਰ ਮੈਡੀਕਲ ਹੈਲਪ ਆਨੇ ਕੇ ਬਾਅਦ ਬੰਦਾ ਹਸਪਤਾਲ ਚਲਾ ਜਾਏਗਾ, ਵਹਾਂ ਪਰ ਐਡਵਾਂਸ ਕਾਰਡੀਅਕ ਲਾਈਫ ਸਪੋਰਟ ਸ਼ੁਰੂ ਹੋ ਜਾਏਗਾ, ਜਿਸਮੇਂ ਦਵਾਈਆਂ ਵਗੈਰਾ ਵੀ ਸਭ ਸ਼ਾਮਿਲ ਹੋਗੀ। ਤੋ ਇਹ ਹਮਾਰਾ ਮਕਸਦ ਹੈ ਕਿ ਜਨਰਲ ਪਬਲਿਕ ਕੋ, ਜੈਸੇ ਦੁਨੀਆ ਮੇਂ ਸਭੀ ਕੋ, ਯੂਰੋਪੀਅਨ ਕੰਟਰੀਜ਼ ਮੇਂ, ਅਮੈਰੀਕਾ ਵਗੈਰਾ ਮੇਂ, ਹਰ ਆਦਮੀ ਕੋ CPR ਕਾ ਇੱਕ ਬੇਸਿਕ ਕੋਰਸ ਕਰਾਇਆ ਜਾਤਾ ਹੈ ਕਿ ਹਰ ਕਿਸੀ ਕੋ ਕੰਪਰੈਸ਼ਨ ਔਰ ਐਟਲੀਸਟ ਬ੍ਰੀਦਿੰਗ ਦੇਣੀ ਆਨੀ ਚਾਹੀਏ। ਤੋ ਉਸਸੇ ਆਪ ਕਈ ਵਾਰ ਮਰੀਜ਼ੋਂ ਕੀ ਬਹੁਤ ਸੇ ਮਰੀਜ਼ੋਂ ਕੀ ਜਾਨ ਬਚਾ ਸਕਤੇ ਹੈ। ਅਗਰ ਕੁਛ ਵੀ ਨਾ ਕੀਆ ਜਾਏ, ਮਰੀਜ਼ ਕੋ ਐਸੇ ਹੀ ਛੋੜ ਦਿਆ ਜਾਏ ਔਰ ਸਿਰਫ ਹਮ ਮੈਡੀਕਲ ਹੈਲਪ ਕਾ ਵੇਟ ਕਰਤੇ ਰਹੇ, ਤੋ ਇਸਮੇਂ 100% ਮਰੀਜ਼ ਕੀ ਜਾਨ ਜਾਏਗੀ। ਲੇਕਿਨ ਅਗਰ ਆਪ CPR ਕਰਤੇ ਹੈ, ਠੀਕ ਸੇ ਕੰਪਰੈਸ਼ਨਸ ਦੇਤੇ ਹੈ, ਸਾਂਸ ਦੇਤੇ ਹੈ, ਸ਼ੌਕ ਨਹੀਂ ਵੀ ਆਤਾ ਹੈ, ਅਗਰ ਡਿਫਿਬਲੇਟਰ ਨਹੀਂ ਵੀ ਆਤਾ ਹੈ, ਤੋ ਆਪ ਸਿਰਫ ਕੰਪਰੈਸ਼ਨ ਔਰ ਸਾਂਸ ਵੀ ਦੇ ਰਹੇ ਹੈ, ਕੰਟੀਨਿਊ ਰੱਖਤੇ ਹੈ ਜਬ ਤੱਕ ਮੈਡੀਕਲ ਹੈਲਪ ਨਹੀਂ ਆ ਜਾਤੀ, ਤੋ ਐਸੇ ਬੰਦੋ ਮੇਂ ਆਪ ਐਟਲੀਸਟ 70 ਤੋਂ 80% ਬੰਦੋ ਕੋ ਆਪ ਬਚਾ ਸਕਤੇ ਹੈ। ਇਹੀ ਹਮਾਰਾ ਮਕਸਦ ਹੈ ਔਰ ਮੈਂ ਆਈ ਫੀਲ ਕਿ ਇਨ ਫਿਊਚਰ ਭਾਰਤ ਸਰਕਾਰ ਕੋਈ ਐਸਾ ਉਹ ਬਣਾਏਗੀ, ਹਮ ਲੋਕ ਤੋ ਕਰ ਹੀ ਰਹੇ ਹੈ ਆਪਣੇ ਲੈਵਲ ਪੇ, ਕਿ ਸਭੀ ਕੋ ਥੋੜ੍ਹਾ ਸਾ CPR ਕੀ ਟ੍ਰੇਨਿੰਗ ਹਰ ਨਾਗਰਿਕ ਕੋ ਦੀ ਜਾਏ ਤਾਂ ਕਿ ਲੋਕਾਂ ਕੀ ਜਾਨ ਬਚਾਈ ਜਾ ਸਕੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।